ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਰੇ ਸਜੀਵਾਂ ਵਿੱਚ ਵਿਕਾਸ ਅਤੇ ਬਦਲਾਅ ਮੂਲ ਲੱਛਣ ਹਨ ਅਤੇ ਇਹਨਾਂ ਬਦਲਾਵਾਂ ਨੂੰ ਜੈਵਿਕ ਤੰਤਰ ਵਿੱਚ ਜੈਵਿਕ ਵਿਕਾਸ ਕਿਹਾ ਜਾਂਦਾ ਹੈ। ਜਾਂ ਅਸੀਂ ਕਹਿ ਸਕਦੇ ਹਾਂ ਕਿ ਪੀੜ੍ਹੀਆਂ ਦੇ ਰਾਹੀਂ ਅਨੁਵੰਸ਼ਕ ਬਦਲਾਅ ਜਾਂ ਅਨੁਕੂਲਨ ਨੂੰ ਵਿਕਾਸ ਵਜੋਂ ਜਾਣਿਆ ਜਾਂਦਾ ਹੈ। ਵਿਕਾਸ ਇੱਕ ਬਹੁਤ ਲੰਬੀ ਪ੍ਰਕਿਰਿਆ ਹੈ ਅਤੇ ਕਾਫ਼ੀ ਸਾਰੇ ਕਾਰਕ ਵਿਕਾਸ 'ਤੇ ਅਸਰ ਪਾਉਂਦੇ ਹਨ, ਜਿਵੇਂ ਕਿ ਤਾਪ, ਭੋਜਨ ਜਾਂ ਬਨਸਪਤੀ ਦੀ ਉਪਲਬਧਤਾ, ਪਾਣੀ ਦੀ ਉਪਲਬਧਤਾ, ਨਮੀ, ਮਿੱਟੀ ਦੇ ਗੁਣ ਆਦਿ। ਉਦਾਹਰਣ ਲਈ, ਊਠ ਰੇਗਿਸਤਾਨੀ ਖੇਤਰ ਵਿੱਚ ਆਪਣੇ ਗੱਦੇਦਾਰ ਪੈਰਾਂ ਅਤੇ ਪਾਣੀ ਲਈ ਅਨੁਕੂਲਤ ਦੀ ਸਮਰੱਥਾ ਕਰਕੇ ਜੀਵਤ ਰਹਿ ਸਕਦਾ ਹੈ। ਜਿਰਾਫ ਆਪਣੀ ਲੰਬੀ ਗਰਦਨ ਅਤੇ ਬਹੁਤ ਹੀ ਘੱਟ ਬਨਸਪਤੀ ਵਾਲੇ ਖੇਤਰਾਂ ਵਿੱਚ ਵੀ ਜੀਵਤ ਰਹਿ ਸਕਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸ਼ਿਕਾਰੀਆਂ ਤੋਂ ਸੁਰੱਖਿਆ ਅਤੇ ਵਾਤਾਵਰਣ ਨਾਲ ਸੁਮੇਲਤਾ ਬਣਾਏ ਰੱਖਣ ਲਈ ਸਾਰੇ ਜੰਤੂ ਲਗਾਤਾਰ ਆਪਣੇ ਆਪ ਵਿੱਚ ਅਨੁਕੂਲਣ ਵਿਕਸਿਤ ਕਰਦੇ ਰਹਿੰਦੇ ਹਨ। ਜਿਵੇਂ ਕਿ ਤੁਸੀਂ ਸ਼ਾਇਦ ਕਿਸੇ ਖੇਤਰ ਵਿੱਚ ਮੱਛਰਾਂ ਨੂੰ ਵੇਖਿਆ ਹੋਵੇਗਾ, ਇਹ ਮੱਛਰ ਮੁੱਖ ਰੂਪ ਤੋਂ ਬਾਰਿਸ਼ਾਂ ਵਾਲੇ ਮੌਸਮ ਵਿੱਚ ਰੁਕੇ ਹੋਏ ਪਾਣੀ ਵਿੱਚ ਪ੍ਰਜਨਨ ਕਰਦੇ ਹਨ, ਪਰ ਅੱਜ ਕੱਲ੍ਹ ਉਹ ਕਿਸੇ ਵੀ ਮੌਸਮ ਅਤੇ ਕਿਸ ਵੀ ਵੇਲੇ ਪ੍ਰਜਨਨ ਕਰ ਸਕਦੇ ਹਨ। ਜ਼ਿਆਦਾਤਰ ਮੱਛਰ ਗਰਮ ਹਵਾਵਾਂ ਜਾਂ ਲੂ ਦੇ ਦੌਰਾਨ ਖਤਮ ਹੋ ਜਾਂਦੇ ਹਨ, ਜਾਂ ਇਹਨਾਂ ਨੂੰ ਮਾਰਨ ਵਾਲੀਆਂ ਦਵਾਈਆਂ ਦੀ ਵਰਤੋਂ ਕਰਕੇ ਇਹ ਮਰ ਜਾਂਦੇ ਹਨ। ਪਰ ਅੱਜ ਕੱਲ੍ਹ ਮੱਛਰਾਂ 'ਤੇ ਇਹਨਾਂ ਦਵਾਈਆਂ ਜਾਂ ਲੂ ਦਾ ਵੀ ਕੋਈ ਅਸਰ ਨਹੀਂ ਹੁੰਦਾ। ਇਹ ਗਰਮ ਮੌਸਮ ਵਿੱਚ ਵੀ ਜੀਵਤ ਰਹਿ ਸਕਦੇ ਹਨ ਅਤੇ ਇਹਨਾਂ ਨੇ ਆਪਣੇ ਵਾਤਾਵਰਣ ਦੇ ਅਨੁਸਾਰ ਆਪਣੀ ਕਿਰਿਆ ਪ੍ਰਣਾਲੀ ਨੂੰ ਵਿਕਸਿਤ ਕਰ ਲਿਆ ਹੈ। ਇਹਨਾਂ ਨੇ ਆਪਣੇ ਆਕਾਰ ਨੂੰ ਵੀ ਵਾਤਾਵਰਣ ਦੀ ਲੋੜ ਦੇ ਅਨੁਸਾਰ ਵਧਾ ਲਿਆ ਹੈ। ਵਿਦਿਆਰਥੀਓ, ਮੈਂ ਜਾਣਦਾ ਹਾਂ ਕਿ ਹੁਣ ਤੁਹਾਨੂੰ ਅੱਜ ਦੇ ਪਾਠ ਬਾਰੇ ਥੋੜ੍ਹਾ ਅੰਦਾਜ਼ਾ ਹੋ ਗਿਆ ਹੋਵੇਗਾ। ਤੁਸੀਂ ਸਹੀ ਸਮਝਿਆ ਹੈ, ਇਹ ਵਿਕਾਸ ਦੇ ਪ੍ਰਮਾਣਾਂ ਬਾਰੇ ਹੀ ਹੈ। ਭਾਰਤੀ ਮਿਥਿਹਾਸ ਦੇ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਬ੍ਰਹਮਾ ਨੇ ਇੱਕ ਝਟਕੇ ਵਿੱਚ ਜੀਵਨ ਦੇ ਵੱਖ ਵੱਖ ਰੂਪ ਬਣਾਏ ਸਨ, ਪਰ ਅਨੈਗਜ਼ੀਮੈਂਡਰ ਨੇ ਇਹ, ਜੋ ਕਿ ਇੱਕ ਗ੍ਰੀਕ ਦਾਰਸ਼ਨਿਕ ਸਨ, 6th century BC ਵਿੱਚ ਵਿਕਾਸ ਲਈ ਪਾਣੀ ਨੂੰ ਪਦਾਰਥ ਸਰੋਤ ਵਜੋਂ ਦੱਸਿਆ, ਜਦੋਂ ਕਿ ਅਰਿਸਟੋਟਲ ਨੇ ਵਿਕਾਸ ਨੂੰ ਇੱਕ ਪੌੜੀ ਦੇ ਰੂਪ ਵਿੱਚ ਦੱਸਿਆ, ਜਿਸ ਨੂੰ ਕੁਦਰਤ ਦੀ ਪੌੜੀ ਭਾਵ ਦਾ ਗ੍ਰੇਟ ਚੇਨ ਆਫ ਬੀਇੰਗ ਵਜੋਂ ਜਾਣਿਆ ਜਾਂਦਾ ਹੈ। ਇਸ ਵਿੱਚ ਉਸਨੇ ਸਜੀਵਾਂ ਦੇ ਸਰਲ ਰੂਪ ਤੋਂ ਲੈ ਕੇ ਬਹੁਤ ਜਟਿਲ ਰੂਪਾਂ ਦੇ ਸਮੂਹ ਬਣਾਏ। ਆਓ ਇਸ 'ਤੇ ਵਿਚਾਰ ਕਰੀਏ। ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾਤਰ ਸਜੀਵ ਜੈਵਿਕ ਪਦਾਰਥਾਂ ਤੋਂ ਵਿਕਸਿਤ ਹੋਏ ਹਨ? ਸਾਡੇ ਕੋਲ ਕੁਝ ਅੰਦਰੂਨੀ ਬਣਤਰ ਦੇ ਵੀ ਪ੍ਰਮਾਣ ਹਨ। ਆਓ ਇਹਨਾਂ ਦੇ ਬਾਰੇ ਹੋਰ ਜਾਣੀਏ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਨੁੱਖ ਆਪਣੀ ਤੇਜ਼ ਸਮਝ ਸ਼ਕਤੀ ਦੇ ਸਦਕੇ ਸਾਰਾ ਸਮਾਂ ਆਪਣੇ ਚਾਰੇ ਪਾਸੇ ਦੀਆਂ ਸਮੱਸਿਆਵਾਂ ਨੂੰ ਘੋਖਦਾ, ਸਮਝਣ ਦੀ ਕੋਸ਼ਿਸ਼ ਅਤੇ ਹੱਲ ਕਰਨ ਦੇ ਯਤਨ ਕਰਦਾ ਆ ਰਿਹਾ ਹੈ। ਮੁੱਢ ਕਦੀਮ ਤੋਂ ਹੀ ਮਨੁੱਖ ਇਸ ਸਮੱਸਿਆ ਉੱਪਰ ਵਿਚਾਰ ਕਰਦਾ ਆ ਰਿਹਾ ਹੈ ਕਿ ਧਰਤੀ ਉੱਪਰ ਜੀਵਨ ਭਾਵ ਪੌਦੇ ਅਤੇ ਜੰਤੂ ਕਿਵੇਂ ਹੋਂਦ ਵਿੱਚ ਆਏ। ਅਰਿਸਟੋਟਲ ਦੇ ਅਨੁਸਾਰ ਜੰਤੂ ਵਰਗ ਸਾਧਾਰਨ ਕਿਸਮਾਂ ਤੋਂ ਲੜੀਵਾਰ ਵਿਕਾਸ ਰਾਹੀਂ ਹੋਂਦ ਵਿੱਚ ਆਏ ਹਨ, ਪਰ ਉਹ ਇਹ ਨਹੀਂ ਦੱਸ ਸਕਿਆ ਕਿ ਇਹ ਇੰਨੇ ਸਾਰੇ ਜੰਤੂ ਕਦੋਂ ਅਤੇ ਕਿੱਥੋਂ ਹੋਂਦ ਵਿੱਚ ਆਏ। ਮਨੁੱਖ ਦਾ ਵਿਕਾਸ ਕਿਸ ਤਰ੍ਹਾਂ ਹੋਇਆ? ਆਓ ਇਸ 'ਤੇ ਵਿਚਾਰ ਕਰੀਏ। ਕੀ ਤੁਸੀਂ ਜਾਣਦੇ ਹੋ ਕਿ ਲਗਭਗ ਸਾਰੇ ਸਜੀਵ ਕਾਰਬਨਿਕ ਜਾਂ ਜੈਵਿਕ ਪਦਾਰਥਾਂ ਤੋਂ ਵਿਕਸਿਤ ਹੋਏ ਹਨ? ਸਾਡੇ ਕੋਲ ਇਸ ਦੇ ਕੁਝ ਸਰੀਰਕ ਰਚਨਾ ਸੰਬੰਧੀ ਪ੍ਰਮਾਣ ਵੀ ਹਨ। ਆਓ ਇਹਨਾਂ 'ਤੇ ਵਿਚਾਰ ਕਰੀਏ।
ਅੰਦਰੂਨੀ ਸਰੀਰਕ ਰਚਨਾ ਸੰਬੰਧੀ ਪ੍ਰਮਾਣ ਐਨਾਟੋਮਿਕਲ ਐਵੀਡੈਂਸਿਸ ਅੰਦਰੂਨੀ ਅੰਗਾਂ ਦੇ ਅਧਿਐਨ ਨੂੰ ਅੰਦਰੂਨੀ ਸਰੀਰ ਵਿਗਿਆਨ ਭਾਵ ਐਨਾਟੋਮੀ ਜਾਂ ਇੰਟਰਨਲ ਮੋਰਫੋਲੋਜੀ ਕਹਿੰਦੇ ਹਨ। ਇਹ ਪ੍ਰਮਾਣ ਅੰਦਰੂਨੀ ਅੰਗਾਂ ਸੰਬੰਧੀ ਹਨ। ਹੋਮੋਲੋਗਸ ਐਂਡ ਐਨਾਲੋਗਸ ਔਰਗਨਸ ਭਾਵ ਸਮਜਾਤੀ ਤੇ ਸਮਰੂਪੀ ਅੰਗ, ਵੈਸਟੀਜੀਅਲ ਔਰਗਨਸ ਐਂਡ ਐਟਾਵਿਜ਼ਮ ਭਾਵ ਅਵਸ਼ੇਸ਼ੀ ਅੰਗ ਅਤੇ ਪੈਤ੍ਰਿਕ ਦੁਹਰਾਓ। ਵਰਟੀਬ੍ਰੇਟ ਔਰਗਨ ਸਿਸਟਮ ਭਾਵ ਰੀੜ ਧਾਰੀ ਅੰਗ ਪ੍ਰਣਾਲੀ ਅਤੇ ਕਨੈਕਟਿੰਗ ਲਿੰਕਸ ਭਾਵ ਜੋੜਕ ਕੜੀਆਂ। ਆਓ ਇਹਨਾਂ ਬਾਰੇ ਦ੍ਰਿਸ਼ ਚਿੱਤਰਾਂ ਰਾਹੀਂ ਜਾਣੀਏ। ਸਮਜਾਤੀ ਤੇ ਸਮਰੂਪੀ ਅੰਗ। ਸਮਜਾਤੀ ਅੰਗ ਅਜਿਹੇ ਅੰਗ ਹੁੰਦੇ ਹਨ ਜਿਨ੍ਹਾਂ ਦੀ ਬਣਤਰ ਸਮਾਨ ਹੁੰਦੀ ਹੈ, ਪਰ ਉਹ ਕੰਮ ਵੱਖੋ ਵੱਖਰੇ ਕਰਦੇ ਹਨ। ਉਦਾਹਰਣ ਲਈ, ਡੱਡੂਆਂ ਦੀਆਂ ਅਗਲੀਆਂ ਲੱਤਾਂ, ਪੰਛੀਆਂ ਦੇ ਖੰਭ, ਚਮਗਿੱਦੜ ਦੇ ਅਗਲੇ ਪੈਰ, ਵੇਲ ਦੇ ਫਲਿੱਪਰ ਤੇ ਮਨੁੱਖ ਦੀਆਂ ਬਾਹਾਂ ਦੀਆਂ ਹੱਡੀਆਂ ਦੀ ਮੁੱਢਲੀ ਬਣਤਰ ਤਾਂ ਸਮਾਨ ਹੁੰਦੀ ਹੈ, ਪਰ ਇਹਨਾਂ ਦੇ ਕੰਮ ਵੱਖਰੇ ਹੁੰਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਸਾਰੇ ਰੀੜਧਾਰੀਆਂ ਦੇ ਪੂਰਵਜ ਸਾਂਝੇ ਸਨ। ਸਮਰੂਪੀ ਅੰਗ ਅਜਿਹੇ ਅੰਗ ਹੁੰਦੇ ਹਨ ਜਿਨ੍ਹਾਂ ਦੀ ਬਣਤਰ ਵੱਖੋ ਵੱਖਰੀ ਹੁੰਦੀ ਹੈ, ਪਰ ਉਹ ਕੰਮ ਇੱਕੋ ਕਰਦੇ ਹਨ। ਉਦਾਹਰਣ ਲਈ, ਪੰਛੀਆਂ ਦੇ ਖੰਭ ਤੇ ਕੀੜਿਆਂ ਮਕੌੜਿਆਂ ਦੇ ਖੰਭਾਂ ਦੀ ਬਣਤਰ ਵੱਖੋ ਵੱਖਰੀ ਹੁੰਦੀ ਹੈ, ਪਰ ਉਹ ਕੰਮ ਇੱਕੋ ਕਰਦੇ ਹਨ, ਉੱਡਣ ਦਾ। ਸਮਜਾਤੀ ਅੰਗ ਭਿੰਨਤਾ ਨਜ਼ਰ ਆਉਂਦੇ ਹੀ ਹਨ ਤੇ ਇਹਨਾਂ ਦੇ ਕਾਰਜ ਵੀ ਭਿੰਨ ਹੋ ਸਕਦੇ ਹਨ, ਜਿਵੇਂ ਮਨੁੱਖ ਦੇ ਫੋਰਲਿੰਬ ਅਤੇ ਵੇਲ ਦੇ ਫਲਿੱਪਰ। ਜਦਕਿ ਸਮਰੂਪ ਅੰਗ ਇੱਕੋ ਤਰ੍ਹਾਂ ਦੇ ਹੁੰਦੇ ਹਨ ਤੇ ਇੱਕੋ ਤਰ੍ਹਾਂ ਦਾ ਕੰਮ ਕਰਦੇ ਹਨ, ਜਿਵੇਂ ਪੰਛੀਆਂ ਅਤੇ ਕੀੜੇ ਮਕੌੜਿਆਂ ਦੇ ਖੰਭ। ਮਨੁੱਖ ਦੀਆਂ ਅਗਲੀਆਂ ਬਾਹਾਂ, ਚਮਗਾਦੜ ਦੇ ਖੰਭ, ਵੇਲ ਦੇ ਪੈਡਲ, ਪੰਛੀਆਂ ਦੇ ਖੰਭ ਅਤੇ ਚੀਤੇ ਦੀਆਂ ਅਗਲੀਆਂ ਲੱਤਾਂ, ਇਹ ਮੂਲ ਰੂਪ ਤੋਂ ਅਗਲੀਆਂ ਬਾਹਾਂ ਹੀ ਹਨ, ਜਿਹੜੀਆਂ ਕਿ ਵੱਖ ਵੱਖ ਕੰਮਾਂ ਨੂੰ ਕਰਨ ਲਈ ਵੱਖ ਵੱਖ ਆਕਾਰਾਂ ਵਿੱਚ ਬਦਲ ਗਈਆਂ ਹਨ, ਜਿਵੇਂ ਕਿ ਉੱਪਰਲੀ ਬਾਂਹ ਭਾਵ ਅਪਰ ਆਮ ਹਿਊਮਰਸ ਤੋਂ ਵਿਕਸਿਤ ਹੋਏ ਹਨ, ਅਗਲੀ ਬਾਂਹ ਭਾਵ ਫੋਰ ਆਮ ਰੇਡੀਅਸ ਅਤੇ ਅਲਨਾ ਤੋਂ ਵਿਕਸਿਤ ਹੋਏ ਹਨ, ਕਲਾਈ ਭਾਵ ਰਿਸਟ ਕਾਰਪਲਸ ਤੋਂ ਵਿਕਸਿਤ ਹੋਏ ਹਨ, ਤਲੀ ਜਾਂ ਪਾਮ ਮੈਟਾ ਕਾਰਪਲਸ ਤੋਂ ਵਿਕਸਿਤ ਹੋਏ ਹਨ, ਉਂਗਲਾਂ ਭਾਵ ਫਿੰਗਰਸ ਫੈਲੈਂਜਸ ਤੋਂ ਵਿਕਸਿਤ ਹੋਏ ਹਨ। ਵੱਖ ਵੱਖ ਸਜੀਵਾਂ ਦੀ ਬਣਤਰ ਵਿੱਚ ਤੁਸੀਂ ਕੀ ਸਾਂਝਾ ਵੇਖਦੇ ਹੋ? ਇਹ ਸਾਰੇ ਸਮਜਾਤੀ ਅੰਗ ਹਨ, ਕਿਉਂਕਿ ਇੱਥੇ ਅਸੀਂ ਵੇਖਦੇ ਹਾਂ ਕਿ ਇਹਨਾਂ ਦੀ ਅੰਦਰੂਨੀ ਬਣਤਰ ਇੱਕੋ ਜਿਹੀ ਹੈ, ਪਰ ਇਹਨਾਂ ਦਾ ਰੂਪ ਅਤੇ ਕੰਮ ਵੱਖ ਵੱਖ ਹਨ। ਇਹ ਸਾਰੇ ਪੈਂਟਾਡਕਟਾਈਲ ਪਲੈਨ ਤੋਂ ਬਣੇ ਹਨ, ਜਿਸ ਦਾ ਮਤਲਬ ਹੈ ਪੰਜ ਉਂਗਲਾਂ। ਆਓ ਹੁਣ ਅਵਸ਼ੇਸ਼ੀ ਅੰਗ ਅਤੇ ਪੈਤ੍ਰਿਕ ਦੁਹਰਾਓ ਦੇ ਬਾਰੇ ਜਾਣੀਏ। ਅਵਸ਼ੇਸ਼ੀ ਅੰਗ ਤੇ ਪੈਤ੍ਰਿਕ ਦੁਹਰਾਓ ਯਾਨੀ ਵੈਸਟੀਜੀਅਲ ਔਰਗਨਸ ਐਂਡ ਐਟਾਵਿਜ਼ਮ। ਸਰੀਰ ਵਿੱਚ ਮੌਜੂਦ ਅਜਿਹੇ ਅੰਗ ਜੋ ਕੋਈ ਕੰਮ ਨਾ ਕਰਦੇ ਹੋਣ ਅਵਸ਼ੇਸ਼ੀ ਅੰਗ ਕਹਾਉਂਦੇ ਹਨ। ਮਨੁੱਖ ਵਿੱਚ ਉਪ ਆਂਦਰ, ਅੱਖ ਦਾ ਕੋਇਆ, ਪੂੰਛ ਦੇ ਮਣਕੇ, ਅਕਲ ਦਾੜਾਂ ਯਾਨੀ ਤੀਸਰਾ ਮੋਲਰ, ਨਰ ਵਿੱਚ ਨਿਪਲਸ, ਸਰੀਰ ਦੇ ਵਾਲ, ਕੰਨ ਦੀਆਂ ਮਾਸਪੇਸ਼ੀਆਂ ਆਦਿ ਅਵਸ਼ੇਸ਼ੀ ਅੰਗਾਂ ਦੀਆਂ ਉਦਾਹਰਨਾਂ ਹਨ। ਵਿਦਿਆਰਥੀਓ, ਕੀ ਤੁਸੀਂ ਜਾਣਦੇ ਹੋ ਕਿ ਕਿਰਮਨੁਮਾ ਉਪ ਆਂਦਰ ਯਾਨੀ ਕਿ ਵਰਮੀ ਫੋਰਮ ਅਪੈਂਡਿਕਸ ਕੀ ਹੁੰਦਾ ਹੈ? ਇਹ ਇੱਕ ਛੋਟਾ ਜਿਹਾ ਅੰਗ ਹੁੰਦਾ ਹੈ
ਜੋ ਕਿ ਮਨੁੱਖ ਦੀ ਛੋਟੀ ਅਤੇ ਵੱਡੀ ਆਂਤੜੀ ਦੇ ਜੋੜ 'ਤੇ ਹੁੰਦਾ ਹੈ। ਸ਼ਾਕਾਹਾਰੀ ਜੰਤੂਆਂ ਵਿੱਚ ਇਹ ਸੈਲੂਲੋਜ਼ ਦੇ ਹਾਜ਼ਮੇ 'ਚ ਸਹਾਇਤਾ ਕਰਦਾ ਹੈ। ਇਹ ਅੰਗ ਅਪੈਂਡੀਸਾਈਟਿਸ ਨਾਂ ਦੀ ਬਿਮਾਰੀ ਦਾ ਕਾਰਨ ਵੀ ਹੈ। ਅਜਿਹੇ ਅੰਗਾਂ ਦੀ ਮੌਜੂਦਗੀ ਇਹ ਸਾਫ਼ ਸਾਫ਼ ਦੱਸਦੀ ਹੈ ਕਿ ਇਹ ਅੰਗ ਪੂਰਵਜਾਂ ਵਿੱਚ ਪੂਰਨ ਤੌਰ 'ਤੇ ਵਿਕਸਿਤ ਅਤੇ ਕਾਰਜਸ਼ੀਲ ਸਨ। ਬਦਲਦੀਆਂ ਹੋਈਆਂ ਭੌਤਿਕ ਪ੍ਰਸਥਿਤੀਆਂ ਕਾਰਨ ਇਹ ਅੰਗ ਬੇਕਾਰ ਹੋ ਗਏ। ਚਲੋ ਹੁਣ ਪੈਤ੍ਰਿਕ ਦੁਹਰਾਓ ਬਾਰੇ ਜਾਣਦੇ ਹਾਂ। ਪੈਤ੍ਰਿਕ ਦੁਹਰਾਓ ਕਿਸੇ ਜੀਵ ਵਿੱਚ ਜੇਕਰ ਕਈ ਪੀੜ੍ਹੀਆਂ ਤੋਂ ਬਾਅਦ ਕੋਈ ਆਲੋਪ ਹੋਇਆ ਗੁਣ ਮੁੜ ਨਜ਼ਰ ਆਵੇ ਤਾਂ ਉਸ ਅਵਸਥਾ ਨੂੰ ਪੈਤ੍ਰਿਕ ਦੁਹਰਾਓ ਭਾਵ ਐਟਾਵਿਜ਼ਮ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਇਸ ਨੂੰ ਕਹਿ ਸਕਦੇ ਹਾਂ ਕਿ ਕਿਸੇ ਪੁਰਾਣੇ ਵਰਤਾ ਜਾਂ ਗੁਣ ਦਾ ਮੁੜ ਆਉਣਾ। ਪੂਛ ਦਾ ਪ੍ਰਗਟ ਹੋਣਾ ਪੈਤ੍ਰਿਕ ਦੁਹਰਾਓ ਦਾ ਉਦਾਹਰਣ ਹੈ। ਅਜਿਹਾ ਅਕਸਰ ਰਿਸੈਸਿਵ ਜੀਨਸ ਦੇ ਅਚਾਨਕ ਰੀਅਪੀਅਰ ਹੋਣ ਨਾਲ ਹੁੰਦਾ ਹੈ। ਅਜਿਹੇ ਲੱਛਣਾਂ ਦੀ ਮੌਜੂਦਗੀ ਇਹ ਸਿੱਧ ਕਰਦੀ ਹੈ ਕਿ ਮਨੁੱਖ ਦੇ ਪੂਰਵਜਾਂ ਵਿੱਚ ਇਹ ਲੱਛਣ ਜ਼ਰੂਰ ਮੌਜੂਦ ਹੋਣਗੇ। ਆਓ ਹੁਣ ਰੀੜਧਾਰੀਆਂ ਬਾਰੇ ਜਾਣੀਏ। ਰੀੜਧਾਰੀਆਂ ਦੀਆਂ ਅੰਗ ਪ੍ਰਣਾਲੀਆਂ। ਦਿਲ ਦੀ ਬਣਤਰ ਦਾ ਅਧਿਐਨ ਕਰਦੇ ਹੋਏ ਅਸੀਂ ਮੱਛੀਆਂ ਤੋਂ ਲੈ ਕੇ ਥਣਧਾਰੀਆਂ ਤੱਕ ਲਗਾਤਾਰ ਬਦਲਾਅ ਦੇਖ ਸਕਦੇ ਹਾਂ। ਮੱਛੀਆਂ ਦੇ ਦਿਲ ਦੇ ਦੋ ਖਾਨੇ, ਇੱਕ ਆਰੀਕਲ ਅਤੇ ਇੱਕ ਵੈਂਟਰੀਕਲ ਹੁੰਦੇ ਹਨ। ਡੱਡੂ ਦੇ ਦਿਲ ਵਿੱਚ 3 ਖਾਨੇ ਭਾਵ 2 ਆਰੀਕਲ ਅਤੇ 1 ਵੈਂਟਰੀਕਲ ਹੁੰਦੇ ਹਨ। ਰਿੰਗਣ ਵਾਲੇ ਜੰਤੂਆਂ ਦੇ ਦਿਲ ਵਿੱਚ 2 ਆਰੀਕਲ ਅਤੇ 1 ਵੈਂਟਰੀਕਲ ਹੁੰਦਾ ਹੈ ਜੋ ਵਿਚਕਾਰੋਂ ਅਧੂਰੇ ਤੌਰ 'ਤੇ ਵੰਡਿਆ ਹੁੰਦਾ ਹੈ। ਪੰਛੀਆਂ ਅਤੇ ਥਣਧਾਰੀਆਂ ਦੇ ਦਿਲ ਦੇ 4 ਖਾਨੇ ਹੁੰਦੇ ਹਨ, 2 ਆਰੀਕਲਜ਼ ਅਤੇ 2 ਵੈਂਟਰੀਕਲਜ਼। ਇਸੇ ਤਰ੍ਹਾਂ ਥਣਧਾਰੀਆਂ ਦੇ ਦਿਮਾਗ ਵਿੱਚ ਜਟਿਲ ਸੈਰੀਬ੍ਰਮ ਹੁੰਦਾ ਹੈ ਜੋ ਮੱਛੀ ਦੇ ਦਿਮਾਗ ਦੇ ਸਰਲ ਸੈਰੀਬ੍ਰਮ ਤੋਂ ਵਿਕਸਿਤ ਹੋਇਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਜਟਿਲ ਜੰਤੂ ਸਰਲ ਜੰਤੂਆਂ ਤੋਂ ਹੀ ਵਿਕਸਿਤ ਹੋਏ ਹਨ। ਇਸ ਕਰਕੇ ਦਿਲ ਅਤੇ ਦਿਮਾਗ ਦੀ ਬਣਤਰ ਨੂੰ ਦੇਖਦੇ ਹੋਏ ਇਹ ਸਿੱਧ ਹੋ ਗਿਆ ਹੈ ਕਿ ਸਾਰੇ ਸਜੀਵਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਸ ਵਿੱਚ ਸੰਬੰਧ ਹੁੰਦਾ ਹੈ। ਆਓ ਹੁਣ ਇਹਨਾਂ ਜੋੜਕ ਕੜੀਆਂ ਭਾਵ ਕਨੈਕਟਿੰਗ ਲਿੰਕਸ ਬਾਰੇ ਜਾਣੀਏ। ਜੋੜਕ ਕੜੀਆਂ ਕੁਛ ਅਜਿਹੇ ਜੰਤੂ ਅਤੇ ਜੰਤੂ ਸਮੂਹ ਹਨ ਜੋ 2 ਵੱਖ ਵੱਖ ਵਰਗਾਂ ਦੇ ਲੱਛਣ ਦਰਸਾਉਂਦੇ ਹਨ। ਇਹਨਾਂ ਨੂੰ ਜੋੜਕ ਕੜੀਆਂ ਕਹਿੰਦੇ ਹਨ। ਕੀ ਤੁਸੀਂ ਆਰਕੀਓਪਟੈਰਿਕਸ ਬਾਰੇ ਜਾਣਦੇ ਹੋ? ਆਓ ਦ੍ਰਿਸ਼ ਚਿੱਤਰ ਵੇਖੀਏ। ਆਰਕੀਓਪਟੈਰਿਕਸ ਲੁਪਤ ਹੋ ਚੁੱਕੇ ਪੰਛੀ ਹਨ। ਪੰਛੀਆਂ ਦੇ ਆਮ ਲੱਛਣਾਂ ਤੋਂ ਇਲਾਵਾ ਇਹਨਾਂ ਵਿੱਚ ਕੁਝ ਰਿੰਗਣ ਵਾਲੇ ਪ੍ਰਾਣੀਆਂ ਦੇ ਲੱਛਣ ਵੀ ਮੌਜੂਦ ਸਨ, ਜਿਵੇਂ ਕਿ ਲੰਬੀ ਪੂਛ, ਦੰਦ ਅਤੇ ਪੰਜੇ। ਇਸੇ ਤਰ੍ਹਾਂ ਫੇਫੜਾ ਮੱਛੀ ਭਾਵ ਲੰਗ ਫਿਸ਼ ਜਲੀ ਥਲੀ ਪ੍ਰਾਣੀਆਂ ਵਿਚਕਾਰ ਜੋੜਕ ਕੜੀ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਵਿੱਚ ਪਾਏ ਜਾਣ ਵਾਲੇ ਡੱਕ ਬਿੱਲ ਪਲੈਟੀਪਸ ਰੀਂਗਣ ਵਾਲੇ ਪ੍ਰਾਣੀਆਂ ਅਤੇ ਥਣਧਾਰੀਆਂ ਵਿਚਲੇ ਸੰਪਰਕ ਨੂੰ ਦਰਸਾਉਂਦਾ ਹੈ। ਇਹਨਾਂ ਨੂੰ ਆਂਡੇ ਦੇਣ ਵਾਲੇ ਥਣਧਾਰੀ ਕਹਿੰਦੇ ਹਨ। ਇਹ ਆਂਡੇ ਦਿੰਦੇ ਹਨ ਅਤੇ ਉਹਨਾਂ ਵਿੱਚੋਂ ਨਿਕਲਣ ਵਾਲੇ ਬੱਚਿਆਂ ਨੂੰ ਦੁੱਧ ਚੁੰਘਾ ਕੇ ਪਾਲਦੇ ਹਨ। ਅਜਿਹੀਆਂ ਵਿਚਕਾਰਲੇ ਦਰਜੇ ਦੀਆਂ ਕਿਸਮਾਂ ਹੌਲੀ ਹੌਲੀ ਵਾਪਰਨ ਵਾਲੇ ਜੀਵ ਵਿਕਾਸ ਨੂੰ
ਦਰਸਾਉਂਦੀਆਂ ਹਨ ਜਿਸ ਨਾਲ ਇੱਕ ਕਿਸਮ ਦੂਸਰੀ ਵਿੱਚ ਬਦਲਦੀ ਹੈ। ਮੈਨੂੰ ਉਮੀਦ ਹੈ ਕਿ ਹੁਣ ਤੁਹਾਨੂੰ ਜੋੜਕ ਕੜੀਆਂ ਬਾਰੇ ਸਪਸ਼ਟ ਹੋ ਗਿਆ ਹੈ। ਆਓ ਹੁਣ ਵਰਗੀਕਰਨ ਤੇ ਆਧਾਰਿਤ ਪ੍ਰਮਾਣਾਂ ਬਾਰੇ ਜਾਣੀਏ। ਵਰਗੀਕਰਨ ਤੇ ਆਧਾਰਿਤ ਪ੍ਰਮਾਣ ਪੌਦੇ ਤੇ ਜੰਤੂਆਂ ਨੂੰ ਉਹਨਾਂ ਦੇ ਬਾਹਰੀ ਲੱਛਣਾਂ ਦੇ ਆਧਾਰ ਤੇ ਵਰਗੀਕ੍ਰਿਤ ਕੀਤਾ ਜਾਂਦਾ ਹੈ। ਜੇਕਰ ਅਸੀਂ ਵਰਗੀਕਰਨ ਚਾਰਟ ਦਾ ਅਧਿਐਨ ਕਰੀਏ ਤਾਂ ਅਸੀਂ ਵੇਖਾਂਗੇ ਕਿ ਸਭ ਤੋਂ ਸਰਲ ਜੀਵ ਜਿਵੇਂ ਪ੍ਰੋਟੋਜ਼ੋਆ ਨੂੰ ਸਭ ਤੋਂ ਹੇਠਾਂ ਰੱਖਿਆ ਗਿਆ ਹੈ ਅਤੇ ਇਸ ਦੇ ਉੱਪਰ ਕੁਝ ਵੱਧ ਵਿਕਸਿਤ ਜੀਵ ਅਤੇ ਇਸ ਪ੍ਰਕਾਰ ਇਹ ਕ੍ਰਮ ਚੱਲਦਾ ਰਹਿੰਦਾ ਹੈ। ਸਭ ਤੋਂ ਉੱਪਰ ਜਟਿਲ ਕਿਸਮਾਂ ਜਿਵੇਂ ਥਣਧਾਰੀ ਤੇ ਉਸ ਤੋਂ ਵੀ ਉੱਪਰ ਰੱਖਿਆ ਗਿਆ ਹੈ ਮਨੁੱਖ ਨੂੰ ਜੋ ਸਭ ਤੋਂ ਵੱਧ ਵਿਕਸਿਤ ਹੈ। ਪੌਦਿਆਂ ਵਿੱਚ ਐਲਗੀ ਸਭ ਤੋਂ ਹੇਠਾਂ ਅਤੇ ਐਂਜੀਓਸਪਰਮਸ ਪੌਦੇ ਸਭ ਤੋਂ ਉੱਪਰ ਹਨ। ਇਹ ਪ੍ਰਮਾਣ ਇਹ ਸਿੱਧ ਕਰਦਾ ਹੈ ਕਿ ਜਟਿਲ ਜੀਵ ਤੇ ਪੌਦੇ ਸਰਲ ਕਿਸਮਾਂ ਤੋਂ ਜੀਵ ਵਿਕਾਸ ਪ੍ਰਕਿਰਿਆ ਰਾਹੀਂ ਵਿਕਸਿਤ ਹੋਏ ਹਨ। ਇਸ ਵਿਆਖਿਆ ਤੋਂ ਇਹ ਸਿੱਧ ਹੁੰਦਾ ਹੈ ਕਿ ਜੀਵਾਂ ਵਿੱਚ ਲੋੜ ਅਨੁਸਾਰ ਸਰੀਰਕ ਤਬਦੀਲੀਆਂ ਆਉਂਦੀਆਂ ਹਨ ਅਤੇ ਉਹ ਆਪਣੇ ਆਪ ਨੂੰ ਬਾਹਰੀ ਹਾਲਤਾਂ ਦੇ ਅਨੁਸਾਰ ਅਨੁਕੂਲ ਬਣਾ ਲੈਂਦੇ ਹਨ। ਇਹ ਜੀਵ ਵਿਕਾਸ ਦੀ ਪ੍ਰਕਿਰਿਆ ਹੈ। ਭਰੂਣ ਸੰਬੰਧੀ ਪ੍ਰਮਾਣ ਭਰੂਣ ਵਿਗਿਆਨ ਜ਼ਾਈਗੋਟ ਭਾਵ ਯੁਗਮਜ ਵਿਚਲੀਆਂ ਤਬਦੀਲੀਆਂ ਦਾ ਅਧਿਐਨ ਹੈ। ਰੀੜਧਾਰੀਆਂ ਦੇ ਭਰੂਣ ਦੇ ਅਧਿਐਨ ਤੋਂ ਜੀਵ ਵਿਕਾਸ ਸੰਬੰਧੀ ਠੋਸ ਸਬੂਤ ਮਿਲਦੇ ਹਨ। ਆਓ ਇਸ ਨੂੰ ਦ੍ਰਿਸ਼ ਚਿੱਤਰਾਂ ਨਾਲ ਹੋਰ ਜਾਣੀਏ। ਮੁੱਢਲੇ ਵਿਕਾਸ ਦੌਰਾਨ ਇਕਸਾਰਤਾ ਸਾਰੇ ਬਹੁਸ਼ੈਲੀ ਜੀਵਾਂ ਵਿੱਚ ਯੁਗਮਜ ਤੋਂ ਗੈਸਟਰੂਲਾ ਦੇ ਬਣਨ ਤੱਕ ਦੇ ਵਿਕਾਸ ਵਿੱਚ ਇਕਸਾਰਤਾ ਹੈ। ਇਹ ਸਮਾਨਤਾਵਾਂ ਸਾਂਝੇ ਪੂਰਵਜਾਂ ਕਾਰਨ ਹਨ। ਰੀੜਧਾਰੀਆਂ ਦੇ ਭਰੂਣਾਂ ਦਾ ਇੱਕੋ ਜਿਹਾ ਹੋਣਾ ਉੱਪਰਲੇ ਵਰਗਾਂ ਦੇ ਭਰੂਣ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਮਿਲਦੇ ਜੁਲਦੇ ਹਨ। ਮਨੁੱਖ ਅਤੇ ਏਪ ਦਾ 8 ਮਹੀਨੇ ਦਾ ਭਰੂਣ ਇੱਕ ਦੂਸਰੇ ਨਾਲ ਬਹੁਤ ਜ਼ਿਆਦਾ ਮਿਲਦਾ ਹੈ। ਇਹ ਮੇਲ ਉਹਨਾਂ ਦਾ ਇੱਕ ਸਾਂਝੇ ਪੂਰਵਜ ਤੋਂ ਵਿਕਸਿਤ ਹੋਣਾ ਦਰਸਾਉਂਦਾ ਹੈ। ਦੁਹਰਾਉਣ ਦਾ ਸਿਧਾਂਤ ਇਸ ਸਿਧਾਂਤ ਦੇ ਮੁਤਾਬਕ ਕੋਈ ਵੀ ਜੰਤੂ ਆਪਣੇ ਭਰੂਣੀ ਵਿਕਾਸ ਭਾਵ ਓਂਟੋਜੈਨੀ ਦੇ ਦੌਰਾਨ ਆਪਣੇ ਪੂਰਵਜਾਂ ਦੇ ਵਿਕਾਸ ਦੀਆਂ ਅਵਸਥਾਵਾਂ ਨੂੰ ਦੁਹਰਾਉਂਦਾ ਹੈ। ਅਰਨਸਟ ਹੈਕਲ ਨੇ ਇੱਕ ਜੈਵ ਅਨੁਵੰਸ਼ਿਕ ਸਿਧਾਂਤ ਪੇਸ਼ ਕੀਤਾ। ਇਹ ਦੱਸਦਾ ਹੈ ਕਿ ਅੱਜ ਦੇ ਜੀਵ ਆਪਣੇ ਭਰੂਣੀ ਵਿਕਾਸ ਦੇ ਦੌਰਾਨ ਪੂਰਵਜਾਂ ਦੇ ਇਤਿਹਾਸ ਨੂੰ ਦੁਹਰਾਉਂਦੇ ਹਨ। ਇਸ ਦਾ ਭਾਵ ਹੈ ਕਿ ਕਿਸੇ ਜੀਵ ਦੇ ਭਰੂਣ ਦੇ ਵਿਕਾਸ ਦੇ ਦੌਰਾਨ ਇਸ ਦੇ ਪੂਰੇ ਇਤਿਹਾਸ ਦੀ ਦੁਹਰਾਈ ਹੁੰਦੀ ਹੈ। ਆਓ ਦ੍ਰਿਸ਼ ਚਿੱਤਰਾਂ ਦੇ ਨਾਲ ਇਸ ਨੂੰ ਸਪਸ਼ਟ ਕਰੀਏ। ਉਦਾਹਰਣ ਲਈ ਡੱਡੂ ਦਾ ਲਾਰਵਾ ਮੱਛੀ ਦੀ ਤਰ੍ਹਾਂ ਵਿਵਹਾਰ ਕਰਦਾ ਹੈ। ਇਹ ਪਾਣੀ ਵਿੱਚ ਰਹਿੰਦਾ ਹੈ ਅਤੇ ਗਲਫੜਿਆਂ ਰਾਹੀਂ ਸਾਹ ਲੈਂਦਾ ਹੈ। ਇਹ ਪੂੰਛ ਖੰਭੜੇ ਦੀ ਸਹਾਇਤਾ ਨਾਲ ਤੈਰਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਡੱਡੂ ਮੱਛੀਆਂ ਤੋਂ ਵਿਕਸਿਤ ਹੋਏ ਹਨ। ਮੈਨੂੰ ਉਮੀਦ ਹੈ ਕਿ ਹੁਣ ਤੁਸੀਂ ਭਰੂਣੀ ਪ੍ਰਮਾਣਾਂ ਬਾਰੇ ਚੰਗੀ ਤਰ੍ਹਾਂ ਜਾਣ ਗਏ ਹੋਵੋਗੇ। ਆਓ ਹੁਣ ਜੈਵ ਭੂਗੋਲਿਕ ਪ੍ਰਮਾਣਾਂ ਬਾਰੇ ਜਾਣੀਏ। ਅਧਿਐਨ ਤੋਂ ਪਤਾ ਲੱਗਿਆ ਹੈ ਕਿ ਸਮੇਂ ਦੇ ਨਾਲ ਨਾਲ ਜੀਵਨ ਦੇ ਕਈ ਰੂਪ ਸਾਹਮਣੇ ਆਏ ਹਨ ਅਤੇ ਕੁਝ ਜੀਵਨ ਰੂਪ ਕੁਝ ਖਾਸ ਭੂਗੋਲਿਕ ਸਮੇਂ ਦੇ ਦੌਰਾਨ ਹੀ ਮਿਲੇ ਹਨ। ਇਸ ਤਰ੍ਹਾਂ ਧਰਤੀ ਦੇ ਇਤਿਹਾਸ ਵਿੱਚ ਜੀਵਨ ਦੇ ਨਵੇਂ ਰੂਪ ਵੱਖ ਵੱਖ ਸਮੇਂ ਤੇ ਮਿਲੇ ਹਨ। ਪ੍ਰਜਾਤੀਆਂ ਦੀ ਭੂਗੋਲਿਕ ਵੰਡ ਦੇ ਆਧਾਰ ਤੇ ਵਿਕਾਸ ਦੇ
ਜੈਵ ਭੂਗੋਲਿਕ ਪ੍ਰਮਾਣਾਂ ਬਾਰੇ ਚਾਰਲਸ ਡਾਰਵਿਨ ਨੇ ਦੱਸਿਆ। ਉਸ ਨੇ ਗਾਲਾਪਾਗੋਸ ਟਾਪੂਆਂ 'ਤੇ ਸਜੀਵਾਂ ਦੀ ਵੰਡ ਦਾ ਅਧਿਐਨ ਕੀਤਾ। ਪੌਦਿਆਂ ਅਤੇ ਜੰਤੂਆਂ ਦੀ ਵੰਡ ਦੇ ਆਧਾਰ 'ਤੇ ਧਰਤੀ ਨੂੰ 6 ਜੈਵ ਭੂਗੋਲਿਕ ਖੇਤਰਾਂ ਵਿੱਚ ਵੰਡਿਆ ਗਿਆ ਹੈ। ਪੈਲੀਆਰਕਟਿਕ, ਓਰੀਐਂਟਲ, ਇਥੀਓਪੀਅਨ, ਆਸਟ੍ਰੇਲੀਅਨ, ਨਿਆਰਕਟਿਕ ਅਤੇ ਨਿਊਟ੍ਰੋਪੀਕਲ। ਇਹ ਖੇਤਰ ਨਿਰਮਾਣਾਤਮਕ ਕਿਰਿਆਵਾਂ ਕਰਕੇ ਇੱਕ ਦੂਜੇ ਤੋਂ ਵੱਖ ਵੱਖ ਹਨ, ਜਿਵੇਂ ਸਮੁੰਦਰ, ਰੇਗਿਸਤਾਨ ਅਤੇ ਪਹਾੜਾਂ ਆਦਿ ਕਾਰਨ। ਜਿਵੇਂ ਕਿ ਆਸਟ੍ਰੇਲੀਆ ਇਥੀਓਪੀਆ ਤੋਂ ਸਮੁੰਦਰ ਰਾਹੀਂ ਵੱਖਰਾ ਹੈ ਅਤੇ ਅੰਗਾਰਾਲੈਂਡ ਗੋਂਡਵਾਨਾਲੈਂਡ ਤੋਂ ਹਿਮਾਲਾ ਪਰਬਤ ਰਾਹੀਂ ਵੱਖਰਾ ਹੈ। ਆਓ ਇਸ ਨੂੰ ਹੋਰ ਸਪਸ਼ਟ ਕਰੀਏ। ਇਹ ਸਮਝਿਆ ਜਾਂਦਾ ਹੈ ਕਿ ਕਾਰਬੋਨੀ ਫੈਰਿਸ ਸਮੇਂ ਦੇ ਦੌਰਾਨ ਇੱਥੇ ਇੱਕ ਇਕੱਲਾ ਜ਼ਮੀਨੀ ਟੁਕੜਾ ਸੀ ਜਿਸ ਨੂੰ ਪੈਂਜੀਆ ਲੈਂਡਮਾਸ ਕਿਹਾ ਜਾਂਦਾ ਸੀ। ਬਾਅਦ ਵਿੱਚ ਵੱਖ ਵੱਖ ਭੂਗੋਲਿਕ ਬਦਲਾਵਾਂ ਕਰਕੇ, ਖਾਸ ਤੌਰ 'ਤੇ ਧਰਤੀ ਦੀ ਸਤਹ ਤੋਂ ਹੇਠਲੀਆਂ ਕ੍ਰਸਟਲ ਪਲੇਟਾਂ ਦੀ ਹਲਚਲ ਨਾਲ, ਇਹ ਬਹੁਤ ਵੱਡਾ ਜ਼ਮੀਨੀ ਟੁਕੜਾ ਛੋਟੇ ਛੋਟੇ ਜ਼ਮੀਨੀ ਟੁਕੜਿਆਂ ਵਿੱਚ ਟੁੱਟ ਗਿਆ, ਜਿਹੜੇ ਕਿ ਪਾਣੀ ਅਤੇ ਹਵਾ ਦੀ ਗਤੀ ਕਰਕੇ ਇੱਕ ਦੂਜੇ ਤੋਂ ਪਰੇ ਹੁੰਦੇ ਗਏ। ਇਹ ਜ਼ਮੀਨੀ ਟੁਕੜੇ ਜਾਂ ਜ਼ਮੀਨੀ ਹਿੱਸੇ ਵੱਖ ਵੱਖ ਮਹਾਂਦੀਪਾਂ ਵਿੱਚ ਬਦਲ ਗਏ ਅਤੇ ਇੱਕ ਦੂਜੇ ਤੋਂ ਸਮੁੰਦਰ ਰਾਹੀਂ ਵੱਖ ਹੋ ਗਏ। ਇਹਨਾਂ ਜ਼ਮੀਨੀ ਹਿੱਸਿਆਂ ਦੀਆਂ ਵੱਖ ਵੱਖ ਵਾਤਾਵਰਣੀ ਸਥਿਤੀਆਂ ਸਨ, ਇਸ ਕਰਕੇ ਇੱਥੇ ਪੌਦੇ ਅਤੇ ਜੰਤੂ ਵੱਖ ਵੱਖ ਰੂਪ ਵਿੱਚ ਵਿਕਸਿਤ ਹੋ ਗਏ। ਹੁਣ ਇਹਨਾਂ ਪ੍ਰਮਾਣਾਂ ਦੇ ਬਾਅਦ ਆਓ ਇੱਕ ਹੋਰ ਸ਼ਬਦ ਦੇ ਬਾਰੇ ਚਰਚਾ ਕਰੀਏ, ਜਿਸ ਨੂੰ ਵਿਕਾਸ ਦੇ ਅਧਿਐਨ ਦੇ ਦੌਰਾਨ ਜ਼ਿਆਦਾਤਰ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸ਼ਬਦ ਹੈ ਅਡੈਪਟਿਵ ਰੇਡੀਏਸ਼ਨ, ਭਾਵ ਅਨੁਕੂਲਿਤ ਵਿਕਿਰਨ। ਆਓ ਪਹਿਲਾਂ ਜਾਣੀਏ ਕਿ ਇਹ ਅਨੁਕੂਲਿਤ ਵਿਕਿਰਨ ਕੀ ਹੈ। ਦਰਅਸਲ ਇਹ ਕਿਸੇ ਭੂਗੋਲਿਕ ਖੇਤਰ ਵਿੱਚ ਵਿਭਿੰਨ ਪ੍ਰਜਾਤੀਆਂ ਦੇ ਵਿਕਾਸ ਦੀ ਪ੍ਰਕਿਰਿਆ ਹੈ, ਜਿਹੜੀ ਕਿ ਇੱਕ ਕੇਂਦਰ ਬਿੰਦੂ ਤੋਂ ਸ਼ੁਰੂ ਹੁੰਦੀ ਹੈ ਅਤੇ ਦੂਜੇ ਖੇਤਰਾਂ ਤੱਕ ਵਿਕਿਰਤ ਹੋ ਜਾਂਦੀ ਹੈ। ਇਸ ਨੂੰ ਅਨੁਕੂਲਿਤ ਵਿਕਿਰਨ ਕਿਹਾ ਜਾਂਦਾ ਹੈ। ਚਾਰਲਸ ਡਾਰਵਿਨ ਆਪਣੀ ਯਾਤਰਾ ਦੇ ਦੌਰਾਨ ਗਾਲਾਪਾਗੋਸ ਟਾਪੂ 'ਤੇ ਗਏ, ਜਿੱਥੇ ਉਹਨਾਂ ਨੂੰ ਜੀਵਾਂ ਵਿੱਚ ਇੱਕ ਬਹੁਤ ਹੀ ਰੋਚਕ ਵਿਭਿੰਨਤਾ ਮਿਲੀ। ਡਾਰਵਿਨ ਨੂੰ ਇੱਕੋ ਹੀ ਟਾਪੂ 'ਤੇ ਤਕਰੀਬਨ 20 ਤਰ੍ਹਾਂ ਦੀਆਂ ਫਿੰਚਸ ਮਿਲੀਆਂ। ਉਹ ਇੱਕ ਦੂਜੇ ਤੋਂ ਮੁੱਖ ਰੂਪ ਨਾਲ ਆਕਾਰ ਪ੍ਰਕਾਰ ਵੱਲੋਂ ਵੱਖ ਸਨ, ਪਰ ਇੱਕ ਦੂਜੇ ਨਾਲ ਬਹੁਤ ਹੀ ਨੇੜਿਓਂ ਸੰਬੰਧਿਤ ਵੀ ਸਨ। ਇਹ ਸਾਰੇ ਟਾਪੂ 'ਤੇ ਆਪਣੇ ਆਪ ਹੀ ਵਿਕਸਿਤ ਹੋਏ ਸਨ, ਪਰ ਆਪਣੀਆਂ ਭੋਜਨ ਲੈਣ ਦੀਆਂ ਆਦਤਾਂ ਕਰਕੇ, ਜਿਵੇਂ ਕਿ ਬੀਜ ਖਾਣ ਤੋਂ ਲੈ ਕੇ ਕੀੜੇ ਮਕੌੜੇ ਖਾਣ ਤੱਕ, ਵੱਖ ਵੱਖ ਅਨੁਕੂਲਿਤ ਹੋ ਗਏ ਸਨ। ਇਸ ਦੇ ਨਾਲ ਹੀ ਉਹਨਾਂ ਦੀਆਂ ਚੁੰਝਾਂ ਦਾ ਆਕਾਰ ਵੀ ਬਦਲ ਗਿਆ ਸੀ। ਕਿਸੇ ਭੂਗੋਲਿਕ ਖੇਤਰ ਵਿੱਚ ਵਿਭਿੰਨ ਪ੍ਰਜਾਤੀਆਂ ਦੇ ਵਿਕਾਸ ਦੀ ਪ੍ਰਕਿਰਿਆ, ਜਿਹੜੀ ਕਿ ਇੱਕ ਕੇਂਦਰ ਬਿੰਦੂ ਤੋਂ ਸ਼ੁਰੂ ਹੁੰਦੀ ਹੈ ਅਤੇ ਦੂਜੇ ਖੇਤਰਾਂ ਤੱਕ ਵਿਕਿਰਤ ਹੋ ਜਾਂਦੀ ਹੈ, ਅਨੁਕੂਲਿਤ ਵਿਕਿਰਨ ਭਾਵ ਅਡੈਪਟਿਵ ਰੇਡੀਏਸ਼ਨ ਕਹਾਉਂਦੀ ਹੈ। ਅਨੁਕੂਲਿਤ ਵਿਕਿਰਨ ਦਾ ਇੱਕ ਹੋਰ ਵਧੀਆ ਉਦਾਹਰਣ ਆਸਟ੍ਰੇਲੀਅਨ ਮਾਰਸੂਪੀਅਲਸ ਵਿੱਚ ਵੇਖਿਆ ਜਾ ਸਕਦਾ ਹੈ। ਮਾਰਸੂਪੀਅਲਸ ਦੀ ਇੱਕ ਬਹੁਤ ਵੱਡੀ ਸੰਖਿਆ, ਜਿਹੜੇ ਕਿ ਇੱਕ ਦੂਜੇ ਤੋਂ ਵੱਖ ਸਨ, ਇੱਕੋ ਪੂਰਵਜ ਜੰਤੂ ਤੋਂ ਹੀ ਵਿਕਸਿਤ ਹੋਏ ਸਨ, ਪਰ ਇਹ ਸਾਰਾ ਕੁਝ
ਆਸਟ੍ਰੇਲੀਅਨ ਟਾਪੂ ਦੇ ਅੰਦਰ ਹੀ ਹੋਇਆ ਹੈ। ਵਿਦਿਆਰਥੀਓ, ਹੁਣ ਇਸ ਪਾਠ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ, ਪਰ ਇਸ ਨੂੰ ਖਤਮ ਕਰਨ ਤੋਂ ਪਹਿਲਾਂ ਇਸ ਦਾ ਸਾਰ ਕਰ ਲਈਏ ਕਿ ਅੱਜ ਅਸੀਂ ਕੀ ਸਿੱਖਿਆ ਹੈ। ਅੱਜ ਅਸੀਂ ਇਹ ਅਧਿਐਨ ਕੀਤਾ ਕਿ ਵਿਕਾਸ ਦੌਰਾਨ ਪਰਿਵਰਤਨ ਜਾਂ ਬਦਲਾਵ ਸਾਰੇ ਸਜੀਵਾਂ ਦਾ ਮੂਲ ਲੱਛਣ ਹੈ। ਇਹ ਬਦਲਾਵ ਜੈਵਿਕ ਪ੍ਰਣਾਲੀ ਵਿੱਚ ਜੈਵਿਕ ਵਿਕਾਸ ਕਹਾਉਂਦਾ ਹੈ। ਵੱਖ ਵੱਖ ਸਮੂਹਾਂ ਦੇ ਸਜੀਵਾਂ ਵਿੱਚ ਪਾਏ ਜਾਣ ਵਾਲੇ ਆਪਸੀ ਸੰਬੰਧ ਦੀ ਵਿਆਖਿਆ ਲਈ ਸਾਨੂੰ ਕੁਝ ਸਬੂਤਾਂ ਦੀ ਲੋੜ ਹੁੰਦੀ ਹੈ ਅਤੇ ਇਹਨਾਂ ਸਬੂਤਾਂ ਨੂੰ ਪ੍ਰਮਾਣਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਸੀਂ ਅੰਦਰੂਨੀ ਬਣਤਰ ਵਾਲੇ ਪ੍ਰਮਾਣਾਂ ਦੇ ਬਾਰੇ ਵਿੱਚ ਵਿਚਾਰ ਕਰ ਚੁੱਕੇ ਹਾਂ, ਜਿਵੇਂ ਕਿ ਹੋਮੋਲੋਗਸ ਐਂਡ ਐਨਾਲੋਗਸ ਔਰਗਨਸ, ਭਾਵ ਸਮਜਾਤੀ ਅਤੇ ਸਮਰੂਪੀ ਅੰਗ, ਵੈਸਟੀਜੀਅਲ ਔਰਗਨਸ ਐਂਡ ਐਟਾਵਿਜ਼ਮ, ਭਾਵ ਅਵਸ਼ੇਸ਼ੀ ਅੰਗ ਅਤੇ ਪੈਤ੍ਰਿਕ ਦੁਹਰਾਓ। ਵਰਟੀਬ੍ਰੇਟ ਔਰਗਨ ਸਿਸਟਮਸ, ਭਾਵ ਰੀੜ੍ਹਧਾਰੀ ਅੰਗ ਤੰਤਰ, ਅਤੇ ਕਨੈਕਟਿੰਗ ਲਿੰਕਸ, ਭਾਵ ਜੋੜਕ ਕੜੀਆਂ। ਅਸੀਂ ਵਰਗੀਕਰਨ ਪ੍ਰਮਾਣਾਂ 'ਤੇ ਵੀ ਵਿਚਾਰ ਕੀਤਾ ਹੈ। ਇਹਨਾਂ ਸਾਰਿਆਂ ਤੋਂ ਇਲਾਵਾ ਇੱਥੇ ਇੱਕ ਹੋਰ ਤਰ੍ਹਾਂ ਦਾ ਵੀ ਆਪਸੀ ਸੰਬੰਧ ਹੈ ਜਿਹੜਾ ਕਿ ਵੱਖ ਵੱਖ ਜੰਤੂਆਂ ਦੇ ਭਰੂਣਾਂ ਵਿੱਚ ਮਿਲਦਾ ਹੈ। ਫਿਰ ਅਸੀਂ ਪੈਲੀਓਂਟੋਲੋਜੀਕਲ, ਭਾਵ ਪਥਰਾਟੀ ਪ੍ਰਮਾਣ ਵੀ ਵੇਖੇ। ਚਾਰਲਸ ਡਾਰਵਿਨ ਨੇ ਵਿਕਾਸ ਦੇ ਜੈਵ ਭੂਗੋਲਿਕ ਪ੍ਰਮਾਣਾਂ ਨੂੰ ਸਾਬਿਤ ਕਰਨ ਲਈ ਗਾਲਾਪਾਗੋਸ ਟਾਪੂ 'ਤੇ ਜੀਵਾਂ ਦੀ ਵੰਡ ਬਾਰੇ ਅਧਿਐਨ ਕੀਤਾ ਸੀ। ਵਿਦਿਆਰਥੀਓ, ਇਹ ਪਤਾ ਕਰਨ ਲਈ ਕਿ ਅੱਜ ਦੇ ਪਾਠ ਵਿੱਚੋਂ ਤੁਸੀਂ ਕੀ ਸਿੱਖਿਆ ਹੈ, ਇੱਥੇ ਤੁਹਾਡੇ ਲਈ ਇੱਕ ਟੈਸਟ ਹੈ। ਮੇਰਾ ਪਹਿਲਾ ਸਵਾਲ ਹੈ, ਅਰਨਸਟ ਹੈਕਲ ਨੇ ਕਿਹੜਾ ਨਿਯਮ ਦਿੱਤਾ ਸੀ? ਜਵਾਬ ਹੈ, ਅਰਨਸਟ ਹੈਕਲ ਨੇ ਜੈਵ ਅਨੁਵੰਸ਼ਿਕ ਨਿਯਮ ਦਿੱਤਾ ਸੀ। ਮੇਰਾ ਅਗਲਾ ਸਵਾਲ, ਆਰਕੀਓਪਟੈਰਿਕਸ ਕੀ ਹੈ? ਜਵਾਬ ਹੈ, ਇਹ ਇੱਕ ਅਲੋਪ ਹੋ ਚੁੱਕਾ ਪੰਛੀ ਹੈ। ਇਸ ਦੇ ਮੁੱਖ ਲੱਛਣ ਪੰਛੀਆਂ ਅਤੇ ਰੀਂਗਣ ਵਾਲੇ ਜੰਤੂਆਂ ਦੋਹਾਂ ਹੀ ਵਰਗੇ ਸਨ, ਜਿਵੇਂ ਕਿ ਇਸ ਦੀ ਲੰਬੀ ਪੂਛ, ਦੰਦ, ਪੰਜੇ ਅਤੇ ਖੰਭ ਸਨ। ਇੱਕ ਹੋਰ ਸਵਾਲ, ਮੱਛੀ ਦੇ ਦਿਲ ਵਿੱਚ ਕਿੰਨੇ ਖਾਨੇ ਹੁੰਦੇ ਹਨ? ਜਵਾਬ ਹੈ, ਮੱਛੀ ਦੇ ਦਿਲ ਵਿੱਚ 2 ਖਾਨੇ ਹੁੰਦੇ ਹਨ। ਮੇਰਾ ਅਗਲਾ ਸਵਾਲ ਹੈ, ਧਰਤੀ 'ਤੇ ਪੌਦਿਆਂ ਅਤੇ ਜੰਤੂਆਂ ਦੀ ਵੰਡ ਦੇ ਆਧਾਰ 'ਤੇ ਜੈਵ ਭੂਗੋਲਿਕ ਖੇਤਰਾਂ ਨੂੰ ਕਿੰਨੇ ਸਮੂਹਾਂ ਵਿੱਚ ਵੰਡਿਆ ਗਿਆ ਹੈ? ਜਵਾਬ ਹੈ, ਧਰਤੀ 'ਤੇ ਪੌਦਿਆਂ ਅਤੇ ਜੰਤੂਆਂ ਦੀ ਵੰਡ ਦੇ ਆਧਾਰ 'ਤੇ ਜੈਵ ਭੂਗੋਲਿਕ ਖੇਤਰਾਂ ਨੂੰ 6 ਸਮੂਹਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਪੈਲੀਆਰਕਟਿਕ, ਦੂਜਾ ਓਰੀਐਂਟਲ, ਤੀਜਾ ਇਥੀਓਪੀਅਨ, ਚੌਥਾ ਆਸਟ੍ਰੇਲੀਅਨ, ਪੰਜਵਾਂ ਨਿਆਰਕਟਿਕ ਅਤੇ 6ਵਾਂ ਹੈ ਨਿਓਟ੍ਰੋਪਿਕਲ। ਮੇਰਾ ਇੱਕ ਹੋਰ ਸਵਾਲ, ਅਨੁਕੂਲਿਤ ਵਿਕਿਰਨ ਕੀ ਹੈ? ਜਵਾਬ ਹੈ, ਕਿਸੇ ਭੂਗੋਲਿਕ ਖੇਤਰ ਵਿੱਚ ਵਿਭਿੰਨ ਪ੍ਰਜਾਤੀਆਂ ਦੇ ਵਿਕਾਸ ਦੀ ਪ੍ਰਕਿਰਿਆ ਜਿਹੜੀ ਕਿ ਇੱਕ ਕੇਂਦਰ ਬਿੰਦੂ ਤੋਂ ਸ਼ੁਰੂ ਹੁੰਦੀ ਹੈ ਅਤੇ ਦੂਜੇ ਖੇਤਰਾਂ ਤੱਕ ਵਿਕਿਰਿਤ ਹੋ ਜਾਂਦੀ ਹੈ। ਅਨੁਕੂਲਿਤ ਵਿਕਿਰਨ, ਭਾਵ ਅਡੈਪਟਿਵ ਰੇਡੀਏਸ਼ਨ ਕਹਾਉਂਦੀ ਹੈ। ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪਾਠ ਬਹੁਤ ਹੀ ਰੌਚਕ ਲੱਗਿਆ ਹੋਵੇਗਾ। ਧਿਆਨ ਦੇਣ ਲਈ ਸ਼ੁਕਰੀਆ। ਅਗਲੀ ਵਾਰ ਇੱਕ ਹੋਰ ਨਵੇਂ ਵਿਸ਼ੇ ਨਾਲ ਫਿਰ ਮਿਲਾਂਗੇ।